ਸਭ ਤੋਂ ਪਹਿਲਾਂ ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ? ਠੀਕ ਆ ਜੀ। ਕੀ ਨਾਂ ਆਪਣਾ? ਹਾਜੀ ਮੁਹੰਮਦ ਬੂਟਾ ਜੀ। ਹਾਜੀ ਮੁਹੰਮਦ ਬੂਟਾ ਸਾਹਿਬ, ਤੁਹਾਡੇ ਅੱਬਾ ਜੀ ਦਾ ਕੀ ਨਾਂ? ਹਾਜੀ ਗੁਲਾਮ ਮੁਹੰਮਦ। ਅਤੇ ਬਰਾਦਰੀ ਆਪਣੀ? ਜੱਟ ਫੈਮਿਲੀ ਨਾਲ ਤਲਕ ਆ। ਅੱਛਾ। ਅਤੇ ਗੋਤ? ਗੋਤ ਪਨਸੋਤੇ। ਪਨਸੋਤੇ। ਅਤੇ ਇਸ ਵਕਤ ਤੁਸੀਂ ਹੁਣ ਕਿਹੜੇ ਪਿੰਡ ਬੈਠੇ? 136 ਚੱਕ 'ਚ। ਅਤੇ ਇਕੱਲਾ 36 ਹੈ 136 ਆ? 136 ਆ। ਇਹਦਾ ਉੱਦਾਂ ਕੋਈ ਨਾਮ ਹੀ ਹੈਗਾ? ਇਹਦਾ ਨਾਂ ਹੈ ਰਸੂਲਪੁਰ ਵੀ ਕਹਿੰਦੇ ਆ। ਅੱਛਾ। ਇਸ ਤੋਂ ਇਲਾਵਾ ਰਸੂਲਪੁਰ ਤੋਂ ਇਲਾਵਾ ਇਹ ਬਗਦਾਦਪੁਰਾ ਵੀ ਕਹਿੰਦੇ ਆ, ਬਸ ਇਹ ਦੋ ਹੀ ਕਹਿੰਦੇ ਆ। ਦੋ ਹੀ ਨਾਂ ਕਹਿੰਦੇ। ਅਤੇ ਜਿਵੇਂ ਤੁਸੀਂ ਦੱਸ ਰਹੇ ਕਿ ਵੀ ਤੁਹਾਡੀ ਇਸੇ ਪਿੰਡ ਦੀ ਜੰਮਪਲ ਆ। ਇਸੇ ਦਾ ਹੀ। ਅਤੇ ਇਹ ਪਿੰਡ ਜਦੋਂ ਦਾ ਤੁਸੀਂ ਹੋਸ਼ ਸੰਭਾਲਿਆ ਵਾ? ਹਾਂਜੀ। ਇਹਨੇ ਪਾਸਾਂ ਬਣਨ ਤੋਂ ਪਹਿਲਾਂ ਤੁਸੀਂ ਇੰਨੀ ਕਿ ਜਿਵੇਂ ਦੱਸ ਰਹੇ ਸੀ ਵੀ 5-7 ਸਾਲਾਂ ਦੇ ਸੀਗੇ? 4-5 ਸਾਲ ਦੇ। 4-5 ਸਾਲ ਦੇ। ਹਾਂਜੀ। ਨਹੀਂ ਤੁਹਾਨੂੰ ਹੋਸ਼ ਹੈ ਬਈ ਜਦੋਂ ਇੱਥੇ? ਹੋਸ਼ ਹੈ, ਹਾਂ ਹਾਂ ਪਤਾ ਹੈ ਮੈਨੂੰ ਕਿ ਆਹ ਸਿੱਖ ਹੈਗੇ ਆ। ਇੱਕ ਸਿੱਖ ਸਾਡੇ ਚੱਕ 'ਚ ਇੱਕ ਹੁੰਦਾ ਸੀ। ਅੱਛਾ। ਉਹ ਮੈਂ ਵੇਖਿਆ ਉਹ ਖੱਤਰੀਆਂ ਦੀ ਕੋਈ ਦੁਕਾਨਾਂ ਸੀ, ਕਈ ਵਾਰੀ ਸ਼ਹਿਰ ਖਾਣ ਲਈ ਕੋਈ ਲੈਣ ਚੱਲ ਜਾਂਦਾ ਸੀ ਥੋੜ੍ਹਾ ਜਿਹਾ। ਸਹੀ ਹੋ ਗਿਆ। ਅੱਛਾ। ਅਤੇ ਪਿੰਡ ਕਿੱਡਾ ਵੱਡਾ ਸੀ ਉਸ ਵੇਲੇ? ਪਿੰਡ ਉਸ ਵੇਲੇ ਤਕਰੀਬਨ ਮੁਰੱਬੇ ਵਿੱਚ ਹੀ ਸੀਗਾ, 25 ਕਿੱਲਿਆਂ 'ਚ। ਅਤੇ ਉਹੀ ਲੋਕ ਵਸਦੇ ਆ, ਕੌਮ ਜਿਹੜੀ ਪਹਿਲੇ ਸ਼ੁਰੂ ਤੋਂ ਵਸਦੀ ਸੀ, ਜਾਂ ਕੋਈ ਮਹਾਜਰ ਵੀ ਆ ਕੇ ਵਸੇ ਇੱਥੇ? ਇਹ ਮਹਾਜਰਾਂ ਦੇ ਵੀ ਕੋਈ 1-2 ਘਰ ਆਏ ਆ। ਉਹੀ ਜਿਹੜੇ ਮਤਲਬ ਜਦੋਂ ਸਿੱਖ ਉਜੜ ਕੇ ਗਏ ਤਾਂ ਉਹੀ ਉਹਨੀ ਜਗ੍ਹਾ 'ਤੇ ਫਿਰ 1-2 ਘਰ ਆ ਗਏ? ਹਾਂ ਹਾਂ ਤਕਰੀਬਨ ਉਹ ਕੋਈ ਖੱਤਰੀਆਂ ਦੇ ਹੱਥੇ ਸੀਗੇ, ਉੱਥੇ ਆੜ ਕੇ ਉਹ ਬੈਠ ਗਿਆ, ਕੋਈ ਸਿੱਖਾਂ ਦੇ ਹੱਥੇ 'ਚ ਬੈਠ ਗਿਆ। ਅਤੇ ਆਪਣੇ ਬਜ਼ੁਰਗ ਵਾਹਿਗੁਰੂ ਜੀ ਜ਼ਿੰਮੇਦਾਰੀ ਕਰਦੇ ਸੀ? ਜ਼ਿੰਮੇਦਾਰਾ ਕਰਦੇ ਸੀ। ਠੀਕ ਆ। ਅਤੇ ਤੁਹਾਡੇ ਬਜ਼ੁਰਗਾਂ ਨੂੰ ਕਿੰਨੀ ਕੁ ਜ਼ਮੀਨ ਮਿਲੀ ਸੀ? ਇਹ ਸਾਡੇ ਦਾਦੇ ਨੂੰ ਇਹ 25 ਕਿੱਲੇ ਮਿਲੇ ਸੀਗੇ। ਅੱਛਾ। ਇੱਕ ਮੁਰੱਬਾ? ਇੱਕ ਮੁਰੱਬਾ। ਉਸ ਤੋਂ ਬਾਅਦ ਸਾਡੇ ਤਾਏ ਸੀ ਵਾਰਲੇ ਸੀਗੇ, ਉਹਨਾਂ ਨੇ ਕੋਈ 8-9 ਕਿੱਲੇ ਖਰੀਦੇ ਵੀ ਸੀ। ਅੱਛਾ। ਆਪਾਂ ਪਿੱਛੇ ਜਾਣਦੇ, ਅਤੇ ਤੁਹਾਡੇ ਜਿਹੜੇ ਦਾਦੇ ਹੋਣੀ ਆ ਉਹ ਕਿਹੜੇ ਪਿੰਡੋਂ ਆਏ ਸੀ ਹਿੰਦੁਸਤਾਨ 'ਚੋਂ, ਕੋਈ ਦੱਸਦੇ ਸੀਗੇ ਵੀ ਅਸੀਂ ਫਲਾਣੇ? ਕੋਈ ਇੰਨਾ ਕੁ ਦੱਸਦੇ ਸੀਗੇ ਹੁਸ਼ਿਆਰਪੁਰ 'ਚੋਂ ਆਏ ਸੀਗੇ। ਅੱਛਾ। ਚੱਕ ਕਾ ਇੱਕ ਹੈਗੇ ਆ ਚੱਕ, ਇਹ ਕੱਤੋਵਾਲ ਕਾਲੂਵਾਲ, ਕਾਲੂਵਾਲ ਸਾਡਾ ਚੱਕ ਸੀਗਾ। ਕੱਤੋਵਾਲ ਅਤੇ ਕਾਲੂਵਾਲ ਇਕੱਠੇ ਸੀਗੇ, ਕਾਲੂਵਾਲ ਸਾਡਾ ਚੱਕ ਸੀ ਦੱਸਦੇ। ਠੀਕ ਹੈ। ਯਾਨੀ ਕਿ ਉਹਨਾਂ ਨੂੰ ਉੱਥੇ ਜ਼ਮੀਨ ਮਿਲੀ ਅਤੇ ਫਿਰ ਉਹ ਇੱਥੇ ਆ ਕੇ ਬਛਿੰਦੇ ਬਣ ਗਏ। ਹਾਂਜੀ। ਅਤੇ ਇਸ ਪਿੰਡ ਦੇ ਵਿੱਚ ਸਿਰਫ 1-2 ਘਰ ਸਿੱਖਾਂ ਦੇ ਸੀਗੇ ਜਾਂ ਖੱਤਰੀਆਂ ਕੋਈ ਦੁਕਾਨਾਂ ਜਿਵੇਂ ਤੁਸੀਂ ਦੱਸਦੇ? ਹਾਂ, 2 ਕੋ ਖੱਤਰੀਆਂ ਦੀ ਦੁਕਾਨਾਂ, ਬਾਕੀ ਸਾਰੇ ਇੱਥੇ ਜੱਟ ਹੋ ਗਏ। ਰਾਈ ਵਾਸਤੇ ਤੁਸੀਂ? ਜੱਟ ਅਤੇ ਰਾਈ ਆ। ਅੱਛਾ। ਰਾਈ ਵੀ ਯਾਨੀ ਕਿ ਉਧਰੋਂ ਦੀ ਉਹਨਾਂ ਨੇ ਜ਼ਮੀਨਾਂ ਲਈਆਂ ਸੀਗੀਆਂ? ਹਾਂ, ਰਾਈਆਂ, ਰਾਈ ਵੀ ਪਿੱਛੋਂ ਹੀ ਇੱਦਾਂ ਹੀ ਆਏ ਸੀਗੇ ਜਿਵੇਂ ਤੁਹਾਡੇ ਬਾਬੇ ਹੋਣੀ ਆਏ। ਇਵੇਂ ਉਹ ਆਏ। ਇਹ ਆ। ਠੀਕ ਆ। ਅਤੇ ਇਹ ਦੱਸੋ ਕਿ ਬਈ ਜਿਵੇਂ ਬੱਚੇ ਛੋਟੇ ਹੁੰਦੇ ਆ ਖੇਡਾਂ ਖੇਡਦੇ ਆ? ਹਾਂਜੀ ਹਾਂਜੀ। ਤੁਸੀਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀਗੇ? ਮੈਂ ਤਕਰੀਬਨ ਸਾਰੀਆਂ ਖੇਡਾਂ ਖੇਡੀਆਂ। ਅੱਛਾ। ਦੱਸੋ ਤਾਂ। ਫੁੱਟਬਾਲ, ਵਾਲੀਬਾਲ, ਕਬੱਡੀ। ਅੱਛਾ। ਘੁਲਿਆ ਵੀ, ਕ੍ਰਿਕਟ ਉਹਨਾਂ ਦਿਨਾਂ 'ਚ ਹੈ ਨਹੀਂ, ਹੈ ਹੀ ਨਹੀਂ ਸੀਗਾ। ਅੱਛਾ। ਅਤੇ ਜਿਵੇਂ ਤੁਸੀਂ ਦੱਸ ਰਹੇ ਇੱਥੇ ਖੱਤਰੀਆਂ ਦੀਆਂ ਦੁਕਾਨਾਂ ਸੀਗੀਆਂ? ਹਾਂਜੀ। ਉਹਨਾਂ ਦੇ ਨਾਮ ਵੀ ਯਾਦ ਪੈਂਦੇ? ਇੱਕ 2 3 ਬੰਦਿਆਂ ਦਾ ਨਾਂ ਯਾਦ ਆ, ਇੱਕ ਨੂੰ ਨੰਦੂ ਕਰਾੜ ਕਹਿੰਦੇ ਸੀਗੇ। ਅੱਛਾ। ਇੱਕ ਉਹਦਾ ਪੁੱਤ ਸ਼ਾਇਦ ਗੋਪਾਲ ਸੀਗਾ, ਰਤਨ ਸੀਗਾ, ਇਹ ਇੱਕ ਮੈਨੂੰ ਨਾਂ 2-3 ਯਾਦ ਆ। ਠੀਕ ਹੋ ਗਿਆ। ਅਤੇ ਬਾਕੀ ਜਿਹੜੇ ਸਿੱਖਾਂ ਦੇ ਜਿਹੜੇ 2 ਟੱਬਰ ਰਹਿੰਦੇ ਸੀਗੇ, ਉਹਨਾਂ ਦੇ ਕੋਈ ਮੁੰਡੇ ਸੀਗੇ? ਨਹੀਂ ਨਹੀਂ ਮੈਂ ਇੱਕੋ ਹੀ ਸਿੱਖ ਵੇਖਦਾ ਸੀ, ਇੱਧਰ ਸੀਗਾ ਰਸਤੇ ਕਿ ਮੇਰੇ ਚੱਕ ਡੇਰੇ ਨੂੰ ਜਾਣ ਨੂੰ ਹੈ ਨਾ, ਮੁਰੱਬੇ ਨੂੰ, ਅਤੇ ਉਹ ਰਸਤੇ ਵਿੱਚ ਸਿੱਖ ਸੀ, ਉਹ ਬਾਹਰ ਬੈਠਾ ਹੁੰਦਾ ਸੀ ਕਦੀ ਕਦੀ। ਅੱਛਾ। ਥੜੇ 'ਤੇ ਉਹ ਮੈਂ ਵੇਖਦਾ ਰਿਹਾ। ਉਹਦਾ ਨਾਂ ਨਹੀਂ ਯਾਦ? ਨਾਂ ਨਹੀਂ ਯਾਦ। ਅੱਛਾ। ਇੱਕ ਹੋਰ ਸੀਗਾ, ਉਹ ਉਦੋਂ ਯਾਰਾ ਬੜਾ ਜਵਾਨ ਸੀਗਾ, ਉਹਦੇ ਵੀ ਨਾਂ ਨਹੀਂ ਮੈਂ ਯਾਦ ਹੈ। 2 ਸਿੱਖ ਵੇਖੇ, ਬਾਕੀ ਖੱਤਰੀ ਸੀ, ਸਿੱਖਾਂ ਨੇ ਵੇਖੇ 2। ਉਹੜਾ ਸਿੱਖ ਤੁਸੀਂ ਦੱਸ ਸੀ ਵੀ ਬੜਾ ਰਾਹ 'ਚ ਤੁਹਾਡੇ ਮੁਰੱਬੇ ਜਾਂਦੇ ਆਉਂਦਾ? ਠੀਕ ਹੋ ਗਿਆ। ਅਤੇ ਉਸ ਵੇਲੇ ਜਿਵੇਂ ਰਿਵਾਜ਼ ਸੀਗਾ ਬੱਚੇ ਜਦੋਂ ਦੁਕਾਨ 'ਤੇ ਸੌਦਾ ਸੌਦਾ ਲੈਣ ਜਾਂਦੇ ਆ ਅਤੇ ਉਹ ਨਾਲ ਕੋਈ ਉੱਦਾਂ ਹੀ ਸ਼ਾਇਦ ਬੱਚੇ ਨੂੰ ਫੜਾ ਦਿੰਦੇ ਸੀਗੇ, ਉਹ ਕੀ ਕਹਿੰਦੇ ਹੁੰਦੇ ਸੀਗੇ? ਉਹ ਜਿਸ ਵੇਲੇ ਦੁਕਾਨ ਤੋਂ ਸੌਦਾ ਲੈਣ ਜਾਂਦੇ ਸੀ ਨਾ, ਤੇ ਉਹ ਬੱਚੇ ਨੂੰ ਲਾਲਚ ਦਿੰਦੇ ਸੀ, ਉਹਨੂੰ ਝੁੰਗਾ ਬੋਲਦੇ ਸੀ। ਇੰਨੀ ਕੁ ਚੀਜ਼ ਦੇ ਦੇਣੀ, ਮੱਛੀਆਂ ਫੁੱਲੀਆਂ ਮਿੱਠੀਆਂ, ਉਹ ਝੁੰਗਾ ਦੇਣਾ ਬੱਚਿਆਂ ਨੇ, ਫਿਰ ਉੱਧਰ ਨੂੰ ਜਾਣਾ ਜਿੱਥੋਂ ਲਾਲਚ ਮਿਲਣਾ। ਹਾਂ, ਸੌਦਾ ਲੈਣ ਗਿਆ, ਇਹ ਕੰਮ ਹੁੰਦਾ ਹੁੰਦਾ ਸੀ, ਉਹ ਦਿੰਦੇ ਹੁੰਦੇ ਸੀ ਝੁੰਗਾ।
ਅੱਛਾ ਛੋਟੇ ਲੁਕਣ ਮਿੱਟੀ ਵੀ ਕਦੀ ਖੇਡੀ? ਬਹੁਤ ਕੇ। ਅੱਛਾ ਉਹ ਸੋਚਦੇ ਆ ਵੀ ਉਸ ਵੇਲੇ ਮੁੰਡੇ ਕੁੜੀਆਂ ਰਲ ਕੇ ਖੇਡਦੇ ਸੀ, ਕੋਈ ਪਰਵਾਹ ਨਹੀਂ ਸੀ ਉਹਦੀ ਮਾਂ ਪਿਓ ਨੂੰ? ਮੈਂ ਦੱਸਣਾ ਵਾ, ਛਿਆਂ ਸੱਤਾਂ ਸੱਤਾਂ ਅੱਠਾਂ ਸਾਲਾਂ ਦੇ ਸੀ, ਕਿਸੇ ਦੇ ਗਲ ਕਮੀਜ਼ ਹੁੰਦੀ ਸੀ ਅਤੇ ਤੇੜ ਚਾਦਰ ਹੁੰਦੀ ਨਹੀਂ ਸੀ, ਉਸ ਵੇਲੇ ਸਲਵਾਰ ਦਾ ਰਿਵਾਜ਼ ਘੱਟ ਸੀਗਾ, ਸਲਵਾਰਾਂ ਨਹੀਂ ਸੀ ਐਡੀਆਂ ਹੈਗੀਆਂ, ਕਿਸੇ ਦੀ ਤੰਬੀ ਜੇ ਹੋਣੀ ਵੀ ਤਾਂ ਨੱਸੇ ਜਾਂਦੇ ਸੀ, ਡੇਗ ਪੈਣੀ ਦਿਨੇ ਲੱਭਣੀ ਰਾਤ ਨਹੀਂ ਲੱਭਣੀ, ਇਹ ਹਾਲਾਤ ਸੀ, ਇਕੱਠੇ ਹੀ ਖੇਡਦੇ ਬੱਚੀਆਂ ਬੱਚੇ। ਅੱਛਾ ਤੇ ਉਹ ਖੱਤਰੀ ਵੀ ਇਸੇ ਪਿੰਡ 'ਚ ਰਹਿੰਦੇ ਸੀ ਕਿਤੇ ਬਾਹਰੋਂ ਆਉਂਦੇ ਸੀਗੇ? ਨਹੀਂ ਨਹੀਂ, ਖੱਤਰੀ ਇਸ ਪਿੰਡ 'ਚ ਰਹਿੰਦਾ ਸੀ, ਇੱਥੇ ਘਰ ਸੀ ਉਹਦਾ। ਅੱਛਾ ਘਰ ਵੀ ਇੱਥੇ ਸੀਗਾ? ਇੱਥੇ ਸੀਗਾ। ਠੀਕ ਹੋ ਗਿਆ। ਹਾਂਜੀ। ਤੇ ਉਹਨਾਂ ਕੋਲ ਜ਼ਿਆਦਾਤਰ ਉਸਲੇ ਦੁਕਾਨਾਂ ਇਹ ਤੇ ਸ਼ਾਵਾਂ ਕਾਹਦੀ ਵਿਕਦੀ, ਸੌਦੇ ਸੁਦੇ ਵਿਕਦੇ ਹੋਣੇ? ਹਰ ਸੌਦਾ ਸੀਗਾ ਉਹਨਾਂ ਕੋਲ। ਅੱਛਾ। ਹਾਂਜੀ। ਕੱਪੜੇ ਵੀ ਵਿੱਚ ਰੱਖਦੇ ਸੀ? ਕੱਪੜੇ ਇਹ ਕੱਪੜਾ ਇੱਕ ਦੀ ਦੁਕਾਨ ਹੈਗੀ ਸੀ ਕੱਪੜੇ ਦੀ। ਅੱਛਾ। ਹਾਂਜੀ, ਇੱਥੇ ਇੱਥੇ ਇੱਕ ਸੀ, ਉਹਦੀ ਦੁਕਾਨ ਹੈਗੀ ਸੀ, ਇੱਕ ਇੱਥੇ ਸਿੱਖ ਦੀ ਸੀ, ਉੱਥੇ ਹੈਗੀ ਸੀ ਖੱਤਰੀ ਦੀ, ਬਾਰਾਂ ਦੋਨੇ ਖੱਤਰੀ ਦੀਆਂ, ਇਹ ਤੀਸਰੀ ਵੀ ਖੱਤਰੀ ਸੀ। ਅੱਛਾ, ਇਹ ਪਿੰਡ ਦੇ ਵਿੱਚ ਖਰਾਸ ਸੀਗਾ? ਖਰਾਸ? ਹਾਂ ਹਾਂ ਹਾਂ, ਖਰਾਸ ਦੋ ਤਿੰਨ ਸੀ। ਅੱਛਾ। ਅਸਾਂ ਢੱਗੇ ਮੈਂ ਆਪ ਜੋੜਦਾ ਰਿਹਾ, ਢੱਗੇ ਜੋੜਨੇ ਦੋ 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 ਜੋਗਾਂ ਸੀਗੀਆਂ ਮੇਰੇ ਕੋਲ, ਇੱਕ ਜੋਗ ਨਾ ਪਹਿਲੇ ਦਾਣੇ ਦਾਲ ਲੈਣੇ, ਫਿਰ ਦੂਜੀ ਨਾਲ ਦਾਲ ਲੈਣੇ, ਮਹੀਨੇ ਦੇ ਦਲ ਕੇ ਲੈ ਆਉਣੇ। ਅਤੇ ਆਪਣੇ ਇਸ ਇਲਾਕੇ 'ਚ ਫਸਲਾਂ ਕਿਹੜੀ ਕਿਹੜੀਆਂ ਹੁੰਦੀਆਂ ਜ਼ਿਆਦਾ? ਫਸਲਾਂ ਇੱਥੇ ਸਾਡੇ ਅੱਲਾ ਦੀ ਰਹਿਮਤ ਨਾਲ ਹਰ ਫਸਲ ਹੁੰਦੀ ਸੀ, ਮੱਕੀ ਸਾਡੇ ਹੁੰਦੀ ਸੀ, ਤੋਰੀਆ, ਕਮਾਦ, ਕਪਾਹ, ਪੱਠਾ ਦੱਥਾ, ਚਿੜੀ ਵਗੈਰਾ, ਮੋਠ, ਮਾਂਹ ਬੜੇ ਹੁੰਦੇ ਹੁੰਦੇ ਸੀ। ਅੱਛਾ, ਅਤੇ ਤੁਹਾਡੀ ਅੰਮੀ ਦਾ ਕੀ ਨਾਂ? ਇਹ ਅੰਮੀ ਦਾ ਨਾਂ ਨਵਾਬ ਬੀਬੀ। ਅੱਛਾ, ਅਤੇ ਜਦੋਂ ਇਹ ਵੰਡ ਹੋਈ ਆ, ਪਾਸਾਂ ਬਣਿਆ, ਉਸ ਵੇਲੇ ਤੁਸੀਂ ਕਿੰਨੇ ਭੈਣ ਭਾਈ ਸੀਗੇ? ਉਸ ਵੇਲੇ ਅਸੀਂ ਤਕਰੀਬਨ ਅਸੀਂ ਤਿੰਨ ਭੈਣਾਂ ਵਾਂ ਮੇਰੀਆਂ ਅਤੇ ਤਿੰਨ ਹੀ ਅਸੀਂ ਭਾਈ ਹਾਂ। ਭੈਣਾਂ ਬੜੀਆਂ ਸੀਗੀਆਂ? ਹਾਂਜੀ, ਭੈਣਾਂ ਬੜੀਆਂ ਸੀਗੀਆਂ, ਦੋ ਬੜੀਆਂ ਸੀ ਮੇਰੇ ਤੋਂ। ਅੱਛਾ। ਅਤੇ ਦੋ ਭਾਈ ਮੇਰੇ ਤੋਂ ਛੋਟੇ ਅਤੇ ਇੱਕ ਭੈਣ ਛੋਟੀ। ਠੀਕ ਹੋ ਗਿਆ। ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਦਾਦੇ ਨੂੰ ਦੇਖਿਆ? ਨਹੀਂ। ਦਾਦੀ ਨੂੰ? ਦਾਦੀ ਵੀ ਨਹੀਂ ਵੇਖੀ। ਅੱਛਾ। ਅਤੇ ਚਾਚੇ ਤਾਏ? ਹਾਂ, ਚਾਚੇ ਤਾਏ ਮੈਂ ਵੇਖੇ। ਅੱਛਾ। ਅਤੇ ਨਾਨਕੇ ਤੁਹਾਡੇ ਕਿੱਥੇ ਰਹਿੰਦੇ ਸੀਗੇ? ਨਾਨਕੇ ਮੇਰੇ ਚੱਕ 'ਚ ਆ। ਹਾਂਜੀ, ਇਸੇ ਚੱਕ 'ਚ ਹੀ, 136 ਚੱਕ ਜੀ। ਅੱਛਾ, ਇਸ 'ਤੇ ਨਾਨਕੇ ਵੀ ਇੱਥੇ ਰਹਿੰਦੇ? ਇੱਥੇ ਹੀ ਰਹਿੰਦੇ। ਠੀਕ ਹੋ ਗਿਆ। ਫਿਰ ਉਸ ਵੇਲੇ ਤੁਹਾਡੀ ਯਾਦ ਕੀ ਹੈਗਾ ਬਈ, ਜਦੋਂ ਇੱਥੋਂ ਹਿੰਦੂਆਂ ਜਾਂ ਖੱਤਰੀ ਨੂੰ ਜਾਣਾ ਪੈ ਗਿਆ, ਉਸ ਵੇਲੇ ਦੀ ਕੀ ਯਾਦ ਆ? ਪਾਸਾਂ ਜਦੋਂ ਬਣਿਆ, ਹਾਲਾਤ ਆਂਢ ਗੁਆਂਢ ਤੁਹਾਡੇ ਬਣੇ, ਜਾਂ ਇੱਥੇ ਪਿੰਡ 'ਚ ਕੀ ਕੀ ਸੀਗਾ? ਇਸ ਪਿੰਡ 'ਚ ਇਹ ਬਣਿਆ ਸੀਗਾ ਕਿ ਇਹ ਜਿਹੜਾ ਇਲਾਕਾ ਸੀਗਾ, ਬੜੇ ਸਗੀਰ ਹੀ ਬੋਲਦੇ ਸੀ ਇਹਨੂੰ, ਇਹਦੀ ਤਕਸੀਮ ਹੋ ਗਈ, ਇਧਰਲੇ ਬੰਨੇ ਪਾਕਿਸਤਾਨ ਬਣ ਗਿਆ, ਉਸ ਬੰਨੇ ਹਿੰਦੁਸਤਾਨ ਬਣ ਗਿਆ, ਅਤੇ ਇਹ ਫਿਰ ਲੋਕ ਜਿਹੜੇ ਸੀਗੇ, ਜਿਹੜੇ ਕੋਈ ਆਏ ਹੋਏ ਸੀਗੇ, ਉਹਨਾਂ ਨੂੰ ਮਾਜਰ ਕਹਿੰਦੇ ਸੀਗੇ, ਇਹ ਦੂਏ ਇੱਥੇ ਵਾਲਿਆਂ ਨੂੰ ਲੋਕਲ ਕਹਿੰਦੇ ਸੀਗੇ। ਹਾਂ, ਨਹੀਂ, ਜਿਹੜੇ ਖੱਤਰੀਆਂ ਨੂੰ ਉੱਠ ਕੇ ਜਾਣਾ ਪਿਆ ਜਾਂ ਜਿਹੜੇ ਦੋ ਘਰ ਸਿੱਖਾਂ ਦੇ ਜਦੋਂ ਉੱਠ ਕੇ ਗਏ ਆ, ਹਾਂ ਹਾਂ, ਉਹਨਾਂ ਨਾਲ ਕੀ ਸਲੂਕ ਕਰਿਆ? ਉਹਨਾਂ ਨੂੰ ਸਾਡੇ ਚੱਕਦਿਆਂ ਨੇ ਕੁਝ ਨਹੀਂ ਕਿਹਾ, ਇੱਕ ਘਰ ਸੀਗਾ ਜਿਹੜਾ ਉਹਨਾਂ ਦੇ ਉਹਨਾਂ ਦੀਆਂ ਕੋਠੀ ਵਿੱਚ ਬੱਚੀਆਂ ਜਵਾਨ ਸੀਗੀਆਂ। ਅੱਛਾ। ਉਹ ਮੈਨੂੰ ਬੜੀ ਯਾਦ ਆ, ਇੱਕ ਦੋ ਘਰ ਸੀਗਾ ਇੱਥੇ, ਉਹ ਲੰਬੜਾਂ ਦਾ ਸੀ, ਉਹ ਉਹਨਾਂ ਨਾਲ ਕੁਛ ਰਵੱਈਆ ਗਲਤ ਵਰਤਣ ਦਾ ਕੋਸ਼ਿਸ਼ ਕਰਦੇ ਸੀਗੇ। ਅੱਛਾ। ਇਹ ਸਾਡੀਆਂ ਬਜ਼ੁਰਗਾਂ ਨੇ ਨਹੀਂ ਸੀ ਹੋਣ ਦਿੱਤਾ, ਉਹਨਾਂ ਦੇ ਗੱਡੇ ਲਦਾਏ, ਗੱਡੇ ਲਦਾ ਕੇ ਉਹਨਾਂ ਨੂੰ ਟੋਰ ਕੇ ਆਏ। ਅੱਛਾ। ਇਹ 65 ਜਿਹੜੇ ਆ ਚੱਕ, ਇਹ ਇਸ ਏਰੀਏ ਦੇ ਸਿੱਖ ਜਿਹੜੇ ਸੀ ਨਾ, ਇਹ ਸਾਰੇ ਦੇ ਸਾਰੇ ਇੱਥੇ ਇਕੱਠੇ ਹੋਏ ਹੋਏ ਸੀ, ਇੱਕ ਜਸਾ ਬਣ ਕੇ ਜਾਣਾ ਸੀ ਇਹੋ, ਅਤੇ ਉਸ ਵੇਲੇ ਆਮ ਜਿਹੜੇ ਆ ਚੱਕ, ਤਿੰਨ ਚਾਰ ਚੱਕ ਹੀ ਸੀਗੇ ਪਹਿਲੇ ਬਾਗਦਾਰਾਂ ਦੇ, ਇਹਨਾਂ ਲੋਕ ਇਹਨਾਂ ਚੱਕਾਂ ਨੂੰ ਵੀ ਖਤਰਾ ਬਣ ਗਿਆ ਸੀ। ਜਿਸ ਲਈ ਸਿੱਖ ਉੱਠ ਕੇ ਇੱਥੋਂ ਤੁਰੇ ਆ, ਇਹ ਦਿਨੇ 8-9 ਵਜੇ ਤੁਰੇ ਆ। ਮੈਨੂੰ ਬੜੀ ਜ਼ਿਆਦਾ ਕਪਾਵਾਂ ਆਉਂਦਾ, ਜਿਵੇਂ ਹੁਣ ਕਪਾਹ ਨਹੀਂ ਖਿੜੀ ਹੋਈ, ਇੰਝ ਕਪਾਵਾਂ ਕੋਈ ਕੋਈ ਖਿੜੀ ਹੋਈ ਸੀਗੀ। ਅਤੇ ਸਾਡੇ ਉੱਥੇ ਡੇਰੇ ਹਲ ਵਗਦੇ ਸੀ, ਅਮਰ ਬਿਆ ਮਿਆ ਜਿੱਥੇ ਆਪਣਾ ਡੇਰਾ ਵਾ, ਇਹ 15 ਨੰਬਰ ਆ, 15 ਨੰਬਰ 'ਤੇ ਹਲ ਵਗਦੇ ਸੀ ਉਹਦੇ, ਇਹ ਲੋਕ ਕੁਛ ਇੱਧਰੋਂ ਸਮਾਨ ਚੱਕੇ, ਕੁਛ ਇੱਧਰੋਂ, ਅਤੇ ਐਸ ਬੰਨਿਓ ਜੈਸਾ ਜਾਣਾ ਸੀ, ਪੱਕੀਏ ਲੋਕ ਵੀ ਭੱਜੇ ਜਾਂਦੇ ਸੀ ਡਰ ਕੇ ਸਿੱਖਾਂ ਤੋਂ, ਅਤੇ ਜਿਹੜੇ ਲੋਕ ਦਲੇਰ ਸੀ ਉਹ ਆਰਾਮ ਨਾਲ ਆਪਣਾ ਕੰਮ ਕਰਨ ਡੇ, ਪੱਠਾ ਦੱਥਾ ਪਾਉਣ ਡਿਆ, ਸਾਡੇ ਹਲ ਵਗਦੇ ਸੀ, ਨੌਕਰ ਪੱਠੇ ਵੱਢਣ ਡਿਆ, ਮੈਂ ਡੇਰੇ ਸੀਗਾ। ਅਤੇ ਇਸ ਪਿੰਡ ਦੇ ਵਿੱਚ ਖੂਹ ਵੀ ਹੋਣਾ? ਆਪਾਂ ਇੱਧਰ ਦੀ ਆ ਗਏ ਹਾਂ ਨਾ, ਇਹ ਚੌਂਕ ਦੇ ਵਿੱਚ ਮੇਨ ਬਾਜ਼ਾਰ ਆ,
ਆਪਣਾ ਡੇਰਾ ਜਿਹੜਾ ਭਾਈ ਮੇਨ ਬਾਜ਼ਾਰ ਨੂੰ ਸਾਹਮਣਾ ਵਾ, ਉੱਥੇ ਚੌਂਕ ਆ ਮਸਜਿਦ ਦੇ ਲਾਗੇ ਖੂਹ ਹੈਗਾ ਸੀ। ਬਾਹਰਲੀ ਸਾਈਡ ਤੇ ਮਸਜਿਦ ਆ ਉਹਦਾ ਖੂਹ ਸੀਗਾ, ਉਹ ਚ ਪਾਣੀ ਪਾਉਂਦੇ ਸੀ। ਇੱਕ ਪਰੇ ਸੀਗਾ ਖੂਹ ਤਲਾਅ ਦੇ ਉੱਤੇ, ਉਹ ਚ ਵੀ ਕਦੀ ਪਾਣੀ ਪਾਉਂਦੇ ਸੀ, ਪਾਣੀ ਠੀਕ ਹੋ ਜਾਏ। ਇੱਕ ਇੱਧਰ ਤਲਾਬ ਸੀ, ਉੱਥੇ ਵੀ ਖੂਹ ਬਣੀ ਹੋਈ ਸੀ, ਉਹ ਚ ਵੀ ਪਾਣੀ ਪੈ ਜਾਂਦਾ। ਕਈ ਵਾਰੀ ਬਾਰਿਸ਼ ਪੈ ਕੇ ਸਾਰਾ ਹੀ ਰਲ ਜਾਂਦਾ ਸੀ, ਫਿਰ ਉਹਨੂੰ ਸਾਫ਼ ਕਰ ਲੈਂਦੇ ਸੀ, ਪਾਣੀ ਕੱਢ ਲੈਂਦੇ ਸੀ। ਤੇ ਤੁਸੀਂ ਕਿੰਨੀ ਤੱਕ ਪੜ੍ਹਿਆ ਫਿਰ? ਮੈਂ ਜੀ ਮੇਰੇ ਬਾਲ ਸਾਹਿਬ ਫੌਤ ਹੋ ਗਿਆ, ਪੰਜਵੀਂ ਦਾ ਇਮਤਿਹਾਨ ਸੀ, ਮੇਰੇ ਕੋਲ ਦੇ ਨਹੀਂ ਹੋਇਆ। ਮੈਂ ਹੀ ਹੈਗਾ ਸੀਗਾ, ਦੂਏ ਨਿੱਕੇ ਸੀ ਮੇਰੇ ਤੋਂ, ਉਹ ਮੈਂ ਆਪਣਾ ਫਿਰ ਉਹ ਡੰਗਰ ਵਛਾ ਛੱਡੀ ਫਿਰਦਾ ਸੀ, ਕੋਈ ਨਾਲ ਨੌਕਰ ਰੱਖਣਾ, ਨੌਕਰ ਨੇ ਨਾਲ ਕੰਮ ਕੁੰਮ ਕਰਾਉਣਾ, ਫਿਰ ਮੈਂ ਬਸ ਇਵੇਂ ਦਿਨਾਂ ਵਿੱਚ ਹੀ ਤਿਆਰ ਹੋ ਗਿਆ ਅੱਲਾ ਚ। ਅਤੇ ਸਕੂਲ ਪਿੰਡ 'ਚ ਸੀਗਾ? ਇਹ ਸਕੂਲ ਇੱਥੋਂ 5 ਕੁ ਮਰੱਬੇ ਦੇ, ਇਸ ਤੋਂ ਬਾਅਦ ਆ ਆਬਾਦੀ, ਇਸ ਚੱਕ ਦੀ ਆਬਾਦੀ ਆ ਉਹ ਵੀ। ਉਹ ਜਿਹੜੇ ਤੁਹਾਡੇ ਉੱਥੇ ਉਸਤਾਦ ਹੁੰਦੇ ਸੀਗੇ, ਮੁਸਲਮਾਨ ਹੁੰਦੇ ਸੀਗੇ? ਹਾਂ, ਸਾਰੇ ਮੁਸਲਮਾਨ ਸੀ, ਕਿਉਂਕਿ ਸਿੱਖ ਸੁੱਖ ਤਾਂ ਚਲੇ ਗਿਆ ਹੋਇਆ ਸੀ, ਸਿੱਖ ਕੋਈ ਨਹੀਂ ਸੀਗਾ ਸਾਡੇ। ਅੱਛਾ, ਇਹ ਨਹੀਂ ਕਿ ਤੁਸੀਂ ਪਾਕਿਸਤਾਨ ਬਣਨ ਤੋਂ ਬਾਅਦ ਪੜ੍ਹਨਾ ਸ਼ੁਰੂ ਕੀਤਾ? ਹਾਂ, ਪਾਕਿਸਤਾਨ ਬਣਨ ਤੋਂ ਬਾਅਦ ਪੜ੍ਹਨਾ ਸ਼ੁਰੂ ਕੀਤਾ। ਉਸਲੇ ਫਿਰ ਉਸਤਾਦ ਬੱਚਿਆਂ ਨੂੰ ਜਦੋਂ ਗਲਤੀ ਕਰਦੇ ਮਾਰਦੇ ਹੁੰਦੇ ਸੀਗੇ? ਜਿਹੜੇ ਬੱਚੇ ਗਲਤੀ ਕਰਦੇ ਸੀ ਨਾ, ਖੂਬ ਛੋਟੀ ਫਿਰਦੀ। ਅੱਛਾ, ਹਾਂਜੀ, ਇੱਕ ਦੂਏ ਬੱਚੇ ਨੂੰ ਮਾਰਨਾ, ਰਸਤੇ ਤੰਗ ਕਰਨਾ, ਸੁਬਾਹ ਸ਼ਿਕਾਇਤ ਲੱਗ ਜਾਣੀ, ਸੁਬਾਹ ਫਿਰ ਸੋਟੀ ਫਿਰਨੀ ਬੰਦਿਆਂ ਨੂੰ, ਜਿੰਨੇ ਵੀ ਬੱਚੇ ਸੀ ਜਿੰਨੇ ਇਲਤ ਕੀਤੀ। ਉਸ ਤੋਂ ਬਾਅਦ ਮੈਂ ਇਹ ਸਕੂਲ ਛੱਡ ਕੇ 35 ਚਲ ਗਿਆ ਸੀ। 35 ਵੀ ਮਾਸਟਰ ਅੱਛੇ ਸੀਗੇ, ਇੱਥੇ ਵੀ ਅੱਛੇ ਸੀ, 35 ਵੀ ਅੱਛੇ ਸੀ, ਪੜ੍ਹਾਈ ਠੀਕ ਕਰਾਉਂਦੇ ਆ। ਜਿਵੇਂ ਹੁਣ ਮੇਰੇ ਵੇਖਣ 'ਚ ਐਡੀ ਪੜ੍ਹਾਈ ਨਹੀਂ ਸੀ, ਬੜੀ ਪੜ੍ਹਾਈ ਕਰਾਉਂਦੇ ਸੀ। ਫਿਰ ਜਿਵੇਂ ਅੱਜ ਰਿਵਾਜ਼ ਆ ਬਈ ਬੱਚੇ ਨੂੰ ਮਾਂ ਪਿਓ ਨਾਲ ਨਾਸ਼ਤਾ ਬੰਨ ਕੇ ਦੇ ਦਿੰਦੇ ਆ, ਲੰਚ ਬਾਕਸ ਬਣੇ ਹੋਏ ਆ, ਤੁਹਾਡੇ ਦੌਰ ਵਿੱਚ ਵੀ ਤੁਹਾਡੀ ਅੰਮੀ ਤੁਹਾਨੂੰ ਰੋਟੀ ਰੋਟੀ ਪਕਾ ਕੇ ਦੇ? ਹਾਂ, ਅਸੀਂ ਆਪਣੇ ਦੌਰ 'ਚ ਵੀ ਕਦੀ ਕਦੀ ਹੈ ਨਾ, ਕਦੀ ਕਦੀ ਇਵੇਂ ਰੋਟੀ ਬੰਨ ਕੇ ਲੈ ਜਾਣੀ, ਉਹ ਦਿਲ ਨਾ ਕਰਨਾ ਤਾਂ ਕਦੀ ਇਵੇਂ ਲੈ ਜਾਣੀ ਦਿਲ ਕਰਨਾ ਤੇ। ਠੀਕ ਆ, ਆਮ ਲੋਕ ਆਮ ਬੱਚੇ ਜਿਹੜੇ ਸੀ ਰੋਟੀ ਲੈ ਜਾਂਦੇ ਸੀ ਬੰਨ ਕੇ। ਠੀਕ ਆ, ਕਦੀ ਏਦਾਂ ਵੀ ਹੁੰਦਾ ਸੀ ਕਿ ਬਈ ਫਿਰ ਦੌਰ ਐਸਾ ਸੀਗਾ ਪਿਛਲੇ ਟਾਈਮ, ਜਿਸਲੇ ਮੱਕੀਆਂ ਦੇ ਮੱਕੀ ਪੱਕ ਜਾਂਦੀ ਸੀ, ਛਲੀਆਂ ਲੈ ਦੇਣੀਆਂ ਝੋਲਿਆਂ ਚ ਪਾ ਕੇ, ਲਾਗੇ ਭੱਠੀ ਸਕੂਲ ਆਉਂਦੀ, ਉੱਥੋਂ ਦਾਣੇ ਬਣਾ ਕੇ ਚੱਬਦੇ ਫਿਰਨਾ ਬਾਜ਼ਾਰ ਚ। ਅੱਛਾ, ਤੁਹਾਡੇ ਦੌਰ ਦੇ ਵਿੱਚ ਛੋਟੇ ਹੁੰਦੇ ਆ, ਮਤਲਬ ਜਿਵੇਂ ਅੱਜ ਕੱਲ੍ਹ ਮੁਸਲਿਮ ਆ ਗਈਆਂ, ਸਲਾਂਟੀਆਂ ਆ ਗਈਆਂ, ਪਤਾ ਨਹੀਂ ਕਿਹੜੀ ਕਿਹੜੀ ਸ਼ਾਇਆਂ ਬੇਕਰੀ ਦੀਆਂ ਲੱਭਦੀਆਂ ਬੱਚਿਆਂ ਨੂੰ ਖਾਣ ਲੱਗ ਪਈਆਂ, ਤੁਹਾਡੇ ਦੌਰ 'ਚ ਦੁਕਾਨਾਂ 'ਤੇ ਬੱਚਿਆਂ ਨੂੰ ਖਾਣ ਲਈ ਕੀ ਲੱਭਦਾ ਹੁੰਦਾ ਸੀ? ਸਾਡੇ ਦੌਰ ਵਿੱਚ ਇੱਕ ਟਾਂਗਰੀ ਹੁੰਦੀ ਸੀਗੀ ਵੇਸਣ ਦੀ, ਮੋਟੀ ਮੋਟੀ ਟਾਂਗਰੀ ਹੁੰਦੀ ਸੀਗੀ, ਮਿੱਠੀ। ਅੱਛਾ, ਉੱਤੇ ਮਿੱਠੀ ਹਾਂ, ਨਮਕੀਨ ਵੀ ਹੁੰਦੀ ਸੀ, ਪਰ ਨਾ ਉਹ ਜਿਹੀ ਟਾਂਗਰੀ ਕਦੀ ਦੇਖੀ ਹੀ ਨਹੀਂ। ਹੁਣ ਉਹ ਵੇਸਣ ਸਹੀ ਵੇਸਣ ਦੀ ਸੀ ਅਤੇ ਸਹੀ ਤਰੀਕੇ ਨਾਲ ਬਣੀ ਹੁੰਦੀ ਸੀ, ਇਹ ਜਿਹੜੀ ਆਪਣੀ ਮਠਿਆਈ ਆ ਇਹਦੇ ਨਾਲੋਂ ਅੱਛੀ ਸੀ ਉਹ। ਅਤੇ ਇਵੇਂ ਸ਼ਹਿਦ ਸੀ ਕਿਤੇ ਮੱਛੀਆਂ ਹੋਣੀਆਂ, ਬਸ ਮੱਛੀਆਂ ਹੀ ਹੁੰਦੀਆਂ ਸੀ, ਹੋਰ ਆ ਜਿਹੜਾ ਉਰਾ ਪਰਾ ਜਿਹਾ ਹੈ ਨਾ, ਆਹ ਜਿਹੜਾ ਹੁਣ ਗੰਦ ਬਿੱਲ ਵੇਖਦਾ ਵਾ, ਆਹ ਤੁਸੀਂ ਦੇਖੋ ਇੱਕ ਲਿਆਉਂਦੇ ਆ ਜੂਸ, ਉਹ ਕਾਗਜ਼ 'ਚ ਪਾਇਆ ਹੋਇਆ ਹੁੰਦਾ ਵਾ, ਕੈਸਾ ਉਹ ਗਲਤ ਕੰਮ। ਅੱਛਾ, ਅਤੇ ਮਰੂੰਡਾ ਵੀ ਹੁੰਦਾ ਸੀ, ਮਰੂੰਡਾ ਪਤਾਸੇ? ਹਾਂ, ਪਤਾਸੇ ਅਤੇ ਹਾਂਜੀ ਫੁੱਲੀਆਂ, ਚੌਲਾਂ ਦੀਆਂ ਫੁੱਲੀਆਂ ਬਣੀਆਂ, ਚੌਲਾਂ ਦੀਆਂ ਫੁੱਲੀਆਂ ਵੀ ਹੈ ਸੀ, ਪਤਾਸੇ ਵੀ ਹੈਗੇ ਸੀ। ਅੱਛਾ, ਤੁਹਾਡੇ ਨੇੜੇ ਤੇੜੇ ਇੱਥੇ ਕੋਈ ਮੇਲੇ ਵੀ ਲੱਗਦੇ ਸੀਗੇ? ਸਾਡਾ ਇੱਥੇ ਲਾਗੇ ਮੇਲਾ ਇੱਥੇ ਆ ਪੀਰ ਗੁਲਾਮ ਅਲੀ ਸ਼ਾਹ ਵਾ। ਅੱਛਾ, ਇਹ ਸਾਡੇ ਹੋਸ਼ਟ ਮੇਲਾ ਇੱਥੇ ਲੱਗਦਾ ਸੀਗਾ, ਫਿਰ ਆਹ ਸਾਡੀਆਂ ਕਬਰਾਂ ਵਾ ਇੱਥੋਂ 5 ਕੁ ਮਰੱਬੇ ਤੇ, ਉੱਥੇ ਵੀ ਮੇਲਾ ਬਹੁਤ ਦੱਸਦੇ ਲੱਗਦਾ, ਅਸੀਂ ਨਹੀਂ ਉਹ ਵੇਖਿਆ, ਅਸੀਂ ਤਾਂ ਬਾਬੇ ਗੁਲਾਮ ਅਲੀ ਸ਼ਾਹ ਦਾ ਵੇਖਿਆ ਮੇਲਾ। ਇਸ ਮੇਲੇ ਤੇ ਫਿਰ ਕਵਾਲ ਵਗੈਰਾ ਬੁਲਾਉਂਦੇ ਸੀ? ਹਾਂ, ਕਵਾਲੀ ਵੀ, ਨਕਲੀਏ ਵੀ। ਅੱਛਾ, ਨਕਲੀ ਕਿਹੜੇ ਕਿਹੜੇ ਆਉਂਦੇ ਸੀਗੇ? ਏਡਾ ਨਕਲੀਆਂ ਦਾ ਨਹੀਂ ਪਤਾ ਕਿਹੜਾ ਆਉਂਦਾ। ਹਾਂ ਹਾਂ, ਇੱਕ ਦੋ ਵਾਰੀ ਇੱਥੇ ਨਾ ਕੇਸਰ ਸੀਗਾ ਜੜਾਂ ਵਾਲੇ ਦਾ, ਇਹ ਠੇਠਰ ਆਪਣਾ ਲੈ ਕੇ ਆਉਂਦਾ ਹੁੰਦਾ ਸੀ, ਅਤੇ ਬਾਕੀ ਹੋਰ ਡਿਜਕੋਟ ਦੇ ਕੋਈ ਹੁੰਦੇ ਸੀ ਕਵਾਲੀਏ ਕਵੂਲੀ, ਉਹਨਾਂ ਦਾ ਨਾਂ ਨਹੀਂ ਏਡਾ ਯਾਦ। ਠੀਕ ਆ, ਅਤੇ ਕਦੀ ਰਾਗੀ ਵੀ ਕਦੀ ਆਏ ਸੀਗੇ? ਰਾਗੀ, ਹਾਂ, ਜਿਵੇਂ ਸਦੀਕ ਰਾਗੀ ਹੋ ਗਿਆ ਜਾਂ
ਹਾਂ ਇੱਕ ਚਮੜੇ ਵਾਲਾ ਹੁੰਦਾ ਸੀ ਇੱਥੇ ਮੇਲੇ ਤੇ ਆਉਂਦਾ ਤੇ ਕਿੰਗ ਵਾਲੇ ਉਹ ਕਿੰਗ ਵਾਲਾ ਹੁੰਦਾ ਲਗੋਜੇ ਹੁੰਦੇ ਸੀਗੇ ਇਹ ਆਉਂਦੇ ਸੀਗੇ ਤੇ ਮੇਲੇ ਤੇ ਫਿਰ ਚੂਲੇ ਚੂਲੇ ਲੱਗਦੇ ਸੀਗੇ ਜਾਂ ਓਦਾਂ ਹੀ ਸਾਦਾ ਦੁਕਾਨਾਂ ਦੁਕਾਨਾਂ ਬਣਾ ਲਈਆਂ ਤੇ ਮੇਲੇ ਤੇ ਇਸ ਤਰ੍ਹਾਂ ਸੀਗਾ ਇਹਨਾਂ ਕੋਲ ਆਪਣੇ ਆਪਣੇ ਤੰਬੂ ਜਿਹੇ ਹੁੰਦੇ ਸੀਗੇ ਜਿਵੇਂ ਹੁਣ ਚਾਨਣੀਆਂ ਹੈ ਨਾ ਤੇ ਉਹ ਤੰਬੂ ਜਿਹਾ ਭਾਰੇ ਹੁੰਦੇ ਸੀਗੇ ਉਹ ਇਹਨਾਂ ਲਾਏ ਹੁੰਦੇ ਸੀ ਆਪਣੀਆਂ ਦੁਕਾਨਾਂ ਤੇ ਉਹ ਦੁਕਾਨਾਂ ਚੱਲਦੀਆਂ ਸੀ ਆਮ ਮਠਿਆਈ ਫਿਰ ਜਲੇਬੀ ਮਠਿਆਈ ਦੇਵਾ ਚੱਲਦੀ ਪਹਿਲੋਂ ਨਹੀਂ ਹੋਈ ਦੇਰ ਬਾਅਦ ਮੈਂ ਤਕਰੀਬਨ ਉਸਲੇ ਪੰਦਰਾਂ ਸੋਲ੍ਹਾਂ ਸਾਲਾਂ ਦਾ ਹੋਇਆ ਜਿਸਲੇ ਕੋਈ ਢੱਗੇ ਢੁੱਗੇ ਛੁੱਟੇ ਇੱਥੋਂ ਮੱਝਾਂ ਵੀ ਢੱਗੇ ਵੀ ਉਹ ਲੋਕ ਚੋਰ ਹੈਗੇ ਸੀਗੇ ਸਾਡੇ ਲਾਗੇ ਜਾ ਕੇ ਆਪਣਾ ਸਲੂਣੀ ਝਾਲ ਨਹੀਂ ਵੱਜਦੀ ਇੱਥੋਂ ਸਲੂਣੀ ਝਾਲ ਹਟ ਮਾਮਾ ਸਲੂਣੀ ਪਿੰਡ ਚਾਰ ਕਮਰਬੇ ਇੱਥੇ ਕਿਤੇ ਲੋਕ ਹੈਗੇ ਸੀ ਉਹ ਜੰਗਲੀ ਜਿਹੇ ਛੱਡ ਛੁੱਟ ਲੈਂਦੇ ਸੀ ਡੰਗਰ ਅੱਛਾ ਫਿਰ ਤੁਹਾਨੂੰ ਹੋਰ ਕੀ ਯਾਦ ਆ ਵੀ ਕਿਉਂਕਿ ਤੁਹਾਡੀ ਅਨੁਮਤ ਨਹੀਂ ਪਿੰਡੋਂ ਬਾਹਰ ਦੀਆਂ ਗੱਲਾਂ ਤਾਂ ਜ਼ਿਆਦਾ ਤੁਹਾਨੂੰ ਨਹੀਂ ਪਤਾ ਹੋਣਾ ਕਿ ਵੀ ਜਿਵੇਂ ਸਿੱਖ ਹੋਰ ਕਿਹੜੇ ਕਿਹੜੇ ਇੱਥੇ ਵਸਦੇ ਸੀਗੇ ਜਿਵੇਂ ਤੁਸੀਂ ਕਿਸੇ ਨਾਮ ਕਿਸੇ ਜਾਣ ਦੇ ਬਾਈ ਨਾਂ ਲੈ ਕੇ ਵੀ ਫਲਾਣਾ ਸਰਦਾਰ ਇੱਥੇ ਰਹਿੰਦਾ ਸੀਗਾ ਇਹ ਯਾਦ ਇਹ ਨਾ ਇੱਕ ਇੱਥੇ ਸੀਗੇ ਸਤਾਈ ਚੱਕ ਦੇ ਵਿੱਚ ਲੀਲੋ ਹੋਣੀ ਹੁੰਦੇ ਸੀ ਸੁਣਦੇ ਹਾਂ ਉਦੋਂ ਹੀ ਲੀਲੋ ਹੋਣੀ ਸੀ ਬੂਟੀ ਹੋਣੀ ਸੀ ਇਹਨਾਂ ਦੀ ਉਧਰ ਉਧਰ ਦੀ ਦੁਸ਼ਮਣੀ ਸੀ ਅਤੇ ਇੱਕ ਦੂਜੇ ਦੀਆਂ ਬਾਹਾਂ ਲੱਤਾਂ ਵੱਢੀਆਂ ਹੋਈਆਂ ਸੀ ਇਹਨਾਂ ਲੋਕਾਂ ਨੇ ਔਰ ਇੰਨੀ ਕੁ ਸੁਣੀ ਸੀਗੀ ਇਹਨਾਂ 'ਚੋਂ ਦੋ ਚੱਕਾਂ ਨੇ ਅੱਛਾ ਫਿਰ ਜਦੋਂ ਉੱਥੋਂ ਮੁਸਲਮਾਨ ਉੱਜੜ ਕੇ ਜਿਹੜੇ ਆਏ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਉਸ ਵੇਲੇ ਦੀ ਫਿਰ ਕੀ ਯਾਦ ਆ ਤੁਹਾਨੂੰ ਕਿ ਇੱਥੋਂ ਦੇ ਜਿਹੜੇ ਵਸੇਬੀ ਮੁਸਲਮਾਨ ਸੀਗੇ ਉਹਨਾਂ ਦੀ ਕੋਈ ਮਦਦ ਸ਼ਦਤ ਉਹਨਾਂ ਨੇ ਕੀਤੀ ਜਾਂ ਕੋਈ ਨਾ ਮੈਂ ਦੱਸਣਾ ਹੈ ਇਹ 65 ਚੱਕ ਦੇ ਆਣ ਕੇ ਲੋਕ ਜ਼ਿਆਦਾ ਬੈਠੇ ਸੀ ਅੱਛਾ ਉਹਨਾਂ ਦਿਨਾਂ ਦੇ ਵਿੱਚ ਅੱਲਾ ਬਖਸ਼ ਮੇਰੇ ਵਾਲਦ ਸਾਹਿਬ ਕੋਲ 8 ਮੱਝਾਂ ਸੀ 4 ਢੱਗੇ ਸੀ ਅਤੇ ਦੁੱਧ ਉਸਲੇ ਵੇਖਦਾ ਨਹੀਂ ਸੀ ਹੁੰਦਾ 8 ਮਹੀਆਂ ਦਾ ਦੁੱਧ ਰਿੜਕਣਾ ਇਹਨਾਂ ਲੋਕਾਂ ਨੇ ਆ ਸਿੱਧੀ ਤਿੰਨ ਪੁਲੀਆ ਇੱਥੇ ਕੋਲ ਤੁਹਾਨੂੰ ਵੇਖਿਆ ਹੋਣਾ ਇਹ ਸਾਡੇ ਮੁਰੱਬੇ ਦਾ ਆ ਚੱਕ ਦਾ 21 ਨੰਬਰ ਆ ਅਤੇ ਸਾਡਾ 25 ਨੰਬਰ ਆ ਇੱਥੋਂ ਸਿੱਧੀ ਵੱਟ ਤਿੰਨ ਪੁਲੀਏ 'ਤੇ ਜਾਂਦੀ ਆ ਉਹਨਾਂ ਇਸ ਵੱਟੇ ਪੈ ਗਏ ਇਹਨਾਂ 65  'ਚੋਂ ਉੱਠ ਕੇ ਤਿੰਨ ਪੁਲੀਏ ਤੋਂ ਇਸ ਵੱਟੇ ਪੈ ਕੇ ਆ ਜਾਣਾ ਉਹਨਾਂ ਲੋਕਾਂ ਨੇ ਲੱਸੀ ਖਾਣੀ ਇੱਥੋਂ ਲੱਸੀ ਵੀ ਉਹਨਾਂ ਨੂੰ ਦੇਣੀ ਕਈਆਂ ਨੇ ਰੋਟੀ ਮੰਗਣੀ ਅਤੇ ਰੋਟੀ ਵੀ ਦੇ ਦੇਣੀ ਆਏ ਕਿਸੇ ਮਾਦਰ ਦੀ ਖਿਦਮਤ ਪੂਰੀ ਕਰਦੇ ਸੀਗੇ ਕੋਈ ਆ ਗਿਆ ਨਾ ਲੈ ਵੀ ਅਸੀਂ ਮਾਦਰ ਹੋ ਕੇ ਆਇਆ ਪੂਰੀ ਖਿਦਮਤ ਕਰਦੇ ਸੀ ਲੋਕ ਸਾਡੇ ਚੱਕ ਦੇ ਬੜੇ ਲੋਕ ਚੰਗੇ ਸੀ ਮੈਂ ਦੇਖੋ ਹੁਣ ਵੀ ਚੰਗੇ ਆ ਆ ਮੇਰੇ ਚੱਕ ਵਿੱਚ ਕੋਈ ਬੇਵਾ ਹੈ ਆ ਹੁਣ ਇੰਨਾ ਉਹਨਾਂ ਨੂੰ ਪੈਸੇ ਪੂਸੇ ਦੇ ਦਿੰਦੇ ਅਸੀਂ ਸਾਰੇ ਜਣੇ ਰਲ ਕੇ ਉਹ ਜਿੰਨਾ ਕੁ ਜ਼ਿਮੀਦਾਰ ਕਰਦੇ ਉਹਨਾਂ ਕੋਲ ਬੇਵਾ ਜਨਾਨੀ ਜਿਹਦਾ ਸਾਰਾ ਕੋਈ ਉਹਦਾ ਸਮਾਨ ਹੁੰਦਾ ਇਸ ਗੱਲ 'ਚ ਹੱਕ 'ਚ ਬੜੇ ਚੰਗੇ ਜਾਂਦੇ ਆ ਉਹਨਾਂ ਖੈਰ ਕਰੇ ਰਹਿਮਦ ਕਰਾਂ ਮੇਰਾ ਭਤੀਜਾ ਫਰਾਂਸ 'ਚੋਂ ਆਉਂਦਾ ਵਾ ਉਹਨੇ ਸਾਲ ਬਾਅਦ ਆਣ ਕੇ 1 ਲੱਖ ਰੁਪਈਆ ਦੇਣਾ ਵਾ ਉਹ ਮੈਂ ਫਿਰ ਕੇ ਹੈ ਨਾ ਤਕਸੀਮ ਕਰਿਆ ਉਹਨਾਂ ਆ ਹੁਣ ਗਿਆ ਥੋੜ੍ਹੇ ਦਿਨ ਹੋ ਗਏ ਆ ਬਾਕੀ ਹੋਰ ਵੀ ਖਿਦਮਤ ਕਰਦੇ ਰਹੀ ਜੇ ਕਿਸੇ ਨੂੰ ਦਾਣੇ ਆ ਪੈਸੇ ਰੋਜ਼ਿਆਂ ਵਿੱਚ ਮੈਂ ਤਾਂ ਮੇਰੇ ਚੱਕ ਨਾਲ ਦੇ ਬਿਰਲੇ ਚੱਕ 'ਚ ਲੋਕ ਹੋਣਗੇ ਅੱਛਾ ਹੁਣ ਜਿਹੜੇ ਇੱਥੋਂ ਸਿੱਖ ਜਾਂ ਖੱਤਰੀ ਉੱਜੜ ਕੇ ਗਏ ਉਹਨਾਂ 'ਚ ਕਦੀ ਕੋਈ ਪਿੰਡ ਵੇਖਣ ਆਇਆ ਹੋਵੇ ਵਾਪਸ ਉਹਨਾਂ 'ਚੋਂ ਇੱਕ ਵਾਰੀ ਇੱਕ ਸਿੱਖ ਆਇਆ ਸੀ ਸਾਨੂੰ ਨਹੀਂ ਉਹ ਮਿਲਿਆ ਅੱਛਾ ਉਹ ਬਾਹਰਲੇ ਬੰਨੇ ਦੁਕਾਨਾਂ 'ਤੇ ਆਇਆ ਸੀ ਉੱਥੋਂ ਹੀ ਹੋ ਕਿਤੇ ਪਰੇ ਇੱਧਰ ਚਲ ਗਿਆ ਇਹ ਖੜਦੀਆਂ ਨੂੰ ਇਹ ਖੜਦੀ ਇਹਨੂੰ ਚਲ ਗਿਆ ਸਾਡੇ ਮੱਥੇ ਨਹੀਂ ਉਹ ਲੱਗਾ ਇੰਨਾ ਹੀ ਸੁਣਿਆ ਕਿ ਆਇਆ ਵਾ ਨਾ ਵੇਖਿਆ ਹੀ ਸਾਡੇ ਮੱਥੇ ਨਹੀਂ ਲੱਗਾ ਉਹ ਆਇਆ ਜ਼ਰੂਰ ਬਹੁਤ ਅੱਛਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ